21ਵਾਂ ਵਿੰਟੇਜ ਕਾਰ ਫੈਸਟੀਵਲ ਜੋ ਕਿ ਇੰਡੀਆ ਗੇਟ ਦੇ ਬਿਲਕੁਲ ਪਿੱਛੇ ਸਥਿਤ ਹੈ ਲੱਗਿਆ ਹੋਇਆ ਹੈ। ਵੱਡੀ ਗਿਣਤੀ ਵਿੱਚ ਲੋਕ ਇਸ ਮੇਲੇ ਵਿੱਚ ਦੇਖਣ ਨੂੰ ਪੁੱਜੇ ਹਨ। ਖਾਸ ਗੱਲ ਇਹ ਰਹੀ ਕਿ ਇਸ ਵਿੱਚ 1900 ਤੋਂ ਲੈ ਕੇ 2000 ਤੱਕ ਦੇ ਕਾਰ ਦੇ ਮਾਡਲ ਇੱਥੇ ਪੇਸ਼ ਕੀਤੇ ਗਏ ਹਨ। ਅਸੀਂ ਇੱਥੇ ਖੜ੍ਹੇ ਹਾਂ, ਇਹ 1900 ਦਾ ਮਾਡਲ ਹੈ, ਫੈਂਟਮ ਗੱਡੀ ਕਹੀ ਜਾਂਦੀ ਹੈ। ਤੋ ਬਹੁਤ ਹੀ ਉਸ ਟਾਈਮ ਰੇਅਰ ਗੱਡੀ ਦੇਖਣ ਨੂੰ ਮਿਲਦੀ ਸੀ, ਪਰ ਅੱਜ ਉਸ ਟਾਈਮ ਵੀ ਜੋ ਗੱਡੀ ਰੋਡ 'ਤੇ ਚੱਲਦੀ ਸੀ ਤਾਂ ਵੱਡੀ ਗਿਣਤੀ ਵਿੱਚ ਲੋਕ ਇੱਥੋਂ ਦੇਖਦੇ ਸਨ ਅਤੇ ਸ਼ੋਰ ਰੋਡ ਦੇ ਸ਼ੋਅ ਦਾ ਪੀਸ ਬਣਦੀ ਸੀ। ਅਤੇ ਹੁਣ ਇਹ ਗੱਡੀ 21ਵੀਂ ਸਦੀ ਵਿੱਚ ਡਿਸਪਲੇ ਵਿੱਚ ਖੜ੍ਹੀ ਹੈ, ਉਹ ਵੀ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਵੱਡੀ ਗਿਣਤੀ ਵਿੱਚ ਲੋਕ ਇਸ ਨੂੰ ਵੇਖਣ ਲਈ ਪੁੱਜ ਰਹੇ ਹਨ। ਸੋ ਦੋਸਤੋ, ਅਸੀਂ ਕੋਸਟਾਲ 'ਚ ਪਹੁੰਚ ਚੁੱਕੇ ਹਾਂ। ਇਹ 'ਚ 19ਵੀਂ ਸਦੀ ਵੀ ਜੋ ਅਮੈਰੀਕਾ 'ਚ ਗੱਡੀਆਂ ਚੱਲਦੀਆਂ ਸੀ ਉਹ ਮੌਜੂਦ ਨੇ। ਅਤੇ ਆਓ ਇਸ ਸਟਾਲ ਦੀ ਤੁਹਾਨੂੰ ਕੁਛ ਝਲਕੀਆਂ ਦਿਖਾਉਂਦੇ ਹਾਂ, ਕਿਸ ਕਿਸ ਤਰ੍ਹਾਂ ਦੀ ਕਾਰ ਇੱਥੇ ਮੌਜੂਦ ਨੇ ਆਓ ਦਿਖਾਉਂਦੇ ਹਾਂ। ਮੌਜੂਦਾ ਵਿੰਟੇਜ ਕਾਰ ਰੈਲੀ 'ਚ ਇੱਕ ਇਹੋ ਜਿਹੀ ਕਾਰ ਰੋਸਟਰ ਕਾਰ ਸਾਨੂੰ ਵੇਖਣ ਨੂੰ ਮਿਲੀ ਹੈ ਰੈਲੀ 'ਚ, ਉਹਨਾਂ ਦੇ ਉਹਨਾਂ ਨਾਲ ਗੱਲ ਕਰਦੇ ਹਾਂ। ਸਰ, ਵਟਸ ਕਾਰ ਨੇਮ ਐਂਡ ਵਟਸ ਫਰੋਮ ਯੂਅਰ ਇਟ? ਇਹ ਫਰਾਂਸ ਕੀ ਗਾੜੀ ਹੈ, ਫਰਾਂਸ ਮੇ ਬਣੀ ਹੋਈ ਹੈ। ਐਮ ਐਸ, ਓਕੇ, ਯਾਨੀ ਐਸ ਕਾ ਮਤਲਬ ਸਪੋਰਟਸ, ਓਕੇ, ਔਰ 135 ਕੋ ਇੰਜਨ ਹੈ। ਇਹ 6 ਸਿਲੰਡਰ ਗਾੜੀ ਹੈ ਔਰ 3 ਕਾਰਬੋਰੇਟਰਸ ਹੈ। ਮੇਰਾ ਬੇਟਾ ਉਹ ਵੀ ਸ਼ੌਕੀਨ ਹੈ ਔਰ ਮੇਰਾ ਪੋਤਾ ਵੀ ਸ਼ੌਕੀਨ ਹੈ। ਤੋ ਭਗਵਾਨ ਕੀ ਮਿਹਰਬਾਨੀ ਸੇ ਮੇਰੇ ਖਿਆਲ ਸੇ 3 ਜਨਰੇਸ਼ਨ ਤੱਕ ਤੋ ਹਮਾਰੇ ਪਾਸ ਹੀ ਰਹੇਗੀ, ਉਸਕੇ ਬਾਅਦ ਮੈਂ ਤੋ ਵੋ ਜਾਣੇ। ਸੋਏ ਸਨ ਜੋਧਪੁਰ ਦੇ ਮਹਾਰਾਜਾ ਦਲੀਪ ਸਿੰਘ ਜੀ, ਜਿਨ੍ਹਾਂ ਦਾ ਸ਼ੌਂਕ ਹੈ ਕਾਰ ਰੱਖਣਾ, ਅਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਰੋਸਟਰ ਕਾਰ 'ਚ ਦੁਨੀਆ ਭਰ 'ਚ 3 ਕਾਰਾਂ ਮੌਜੂਦ ਨੇ। ਇੱਕ ਉਹਨਾਂ ਕੋਲ ਹੈ ਅਤੇ ਉਹਨਾਂ ਲਈ ਪੁੱਛਦਾ ਵੀ ਉਹ ਕਾਰ ਸਮਝ ਕੇ ਰੱਖਣਗੀਆਂ। ਨਾਈਨਟੀਨ 1961 'ਚ ਬਣੀ ਹੈ ਗੱਡੀ ਅਲਫਾ ਰੋਮੀਓ। ਤੁਸੀਂ ਇਹ ਗੱਡੀ ਤੁਹਾਨੂੰ ਦੇਖ ਕੇ ਯਾਦ ਆ ਚੁੱਕਾ ਕਿ ਇਹ ਗੱਡੀ ਫਿਲਮਾਂ 'ਚ ਬਹੁਤ ਯੂਜ਼ ਹੁੰਦੀ ਹੈ, ਰੋਮਾਂਟਿਕ ਗਾਣੇ ਹੋਣ, ਪੰਜਾਬੀ ਹੋਣ, ਭਾਵੇਂ ਬਾਲੀਵੁੱਡ ਹੋਣ, ਭਾਵੇਂ ਹੋਲੀਵੁੱਡ ਦੇ ਹੋਣ, ਇਹ ਗਾਣੇ 'ਚ ਬਹੁਤ ਗੱਡੀ ਯੂਜ਼ ਹੁੰਦੀ ਹੈ, ਕਾਮਨ ਹੈ ਗੱਡੀ ਆ। ਤੋ 1969 ਦਾ ਹੈਗਾ, ਅਲ ਰੋਮੀਓ ਨਾਮ ਦਿੱਤਾ ਗਿਆ ਹੈ, ਨਾਮ ਵੀ ਬਹੁਤ ਰੋਮਾਂਟਿਕ ਹੈ। ਤੋ ਗੱਡੀ ਦੀ ਲੁੱਕ ਵੀ ਅੱਛੀ ਹੈ, ਕਪਲਸ ਵਾਲੀ ਗੱਡੀ ਹੈ, ਤੋ ਬਹੁਤ ਅੱਛਾ ਮਾਡਲ ਹੈ ਗੱਡੀ ਦਾ। ਇਸ ਕਾਰ ਮੇਲੇ ਵਿੱਚ ਇੱਕ ਹੋਰ ਕਾਰ ਵੇਖਣ ਨੂੰ ਮਿਲੀ। ਖਾਸ ਗੱਲ ਹੈ ਕਿ 19ਵੀਂ ਸਦੀ ਇਹ ਕਾਰ ਫਾਇਰ ਬ੍ਰਿਗੇਡ ਦੇ ਨਾਮ ਤੋਂ ਜਾਣੀ ਜਾਂਦੀ ਹੈ, ਅਤੇ ਆਓ ਇਹਨਾਂ ਨੇ ਗੱਲਬਾਤ ਕਰਦੇ ਹਾਂ ਇਹ ਕਾਰ ਬਾਰੇ ਹੋਰ ਜਾਣਕਾਰੀ ਕਰਨੇ ਆ। ਹਾਂਜੀ ਸਰ, ਵਟਸ ਇਨਫੋਰਮੇਸ਼ਨ ਯੂ ਵਾਂਟ ਟੂ ਗਿਵ ਅਬਾਊਟ ਦਿਸ ਕਾਰ? ਦਿਸ ਇਜ਼ ਬਿਲਟ ਇਨ 1914, ਓਕੇ, ਇਟਸ ਅ ਓਨਲੀ ਵਹੀਕਲ ਦੈਟ ਇਜ਼ ਅਵੇਲੇਬਲ ਟੂਡੇ, ਓਕੇ, ਇਨ ਦ ਵਰਲਡ। ਦਿਸ ਇਜ਼ ਬਿਲਟ ਇਨ ਇੰਗਲੈਂਡ, ਮੈਂਚੈਸਟਰ, ਇੰਗਲੈਂਡ, ਓਕੇ, ਐਂਡ ਦਿਸ ਸਪੈਸ਼ਲਿਟੀ ਇਜ਼ it runs on a solid rubber tire, okay, not a pneumatic tire. So how are you getting response there after you have brought this car in this inauguration? How people are responding about this car? People are very excited, okay, it looks amazing to them the way that it has been projected. 21ਵਾਂ ਵਿੰਟੇਜ ਮੇਲਾ, ਜੀ ਹਾਂ ਦੋਸਤੋ, ਇਹ ਮੇਲਾ ਲੱਗਿਆ ਹੈ ਇੰਡੀਆ ਗੇਟ ਦੇ ਬਿਲਕੁਲ ਪਿੱਛੇ, ਜੋ ਪਾਰਕ ਹੈ ਜਿਸ ਵਿੱਚ 1900 ਤੋਂ ਲੈ ਕੇ 2000 ਤੱਕ ਜਿੰਨੀਆਂ ਵੀ ਗੱਡੀਆਂ ਸਨ ਸਾਰੇ ਡਿਸਪਲੇ ਵਿੱਚ ਲਗਾਈਆਂ ਗਈਆਂ ਹਨ। ਖਾਸ ਗੱਲ ਇਹ ਰਹੀ ਕਿ ਇਸ ਏਰੀਏ ਵਿੱਚ 1900 ਦੀਆਂ ਜੋ ਕਬਾੜ ਹੋ ਚੁੱਕੀਆਂ ਗੱਡੀਆਂ ਹਨ ਉਹ ਵੀ ਡਿਸਪਲੇ ਕੀਤੀਆਂ ਗਏ ਹਨ, ਸੋ ਜਿਸ ਨੂੰ ਵੇਖਣ ਲਈ ਲੋਕ ਵੱਡੀ ਗਿਣਤੀ 'ਚ ਪੁੱਜ ਰਹੇ ਹਨ। ਖਾਸ ਗੱਲ ਇਹ ਵੀ ਰਹਿੰਦੀ ਹੈ ਕਿ ਉਸ ਟਾਈਮ ਵੀ ਇਹ ਗੱਡੀਆਂ ਰੋਡ ਦੀ ਸ਼ਾਨਾ ਸ਼ੌਕਤ ਦਾ ਕੰਮ ਕਰਦੇ ਸਨ, ਕਿਉਂਕਿ ਮਹਾਰਾਜਾ ਕੋਲ ਇਹ ਗੱਡੀਆਂ ਹੁੰਦੀਆਂ ਸਨ, ਪਰ ਇਹ ਹੁਣ ਅੱਜ ਗੱਡੀਆਂ ਸ਼ੋਪ ਵਿੱਚ ਖੜ੍ਹੀਆਂ ਹਨ ਜਿਸ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਲੋਕ ਪੁੱਜ ਰਹੇ ਹਨ। ਸੋ
ਸਵਿਚਰ ਅਤੇ ਪਾਸ ਸਿਕਰਫਿਨ ਮਿਲ ਚੁੱਕੇ ਹਨ। ਸੋ ਇਸ ਵਾਰ ਦਾ ਕਾਰਨੀਵਲ ਖਤਮ ਹੋ ਚੁੱਕਾ ਹੈ, ਤੋ ਨੈਕਸਟ ਤੁਹਾਨੂੰ ਅਪੀਲ ਕਰਦਾ ਕਿ ਇਸ ਕਾਰਨੀਵਲ 'ਚ ਆਪਣਾ ਕੀਮਤੀ ਟਾਈਮ ਕਰਕੇ ਜ਼ਰੂਰ ਪਹੁੰਚੋ ਅਤੇ ਆਪਣੇ ਪੁਰਾਣੇ ਵਿਰਸੇ ਦੇ ਬਾਰੇ ਜਾਣੂ ਹੋ।